ਮੈਂ ਕੰਜਰ ਦੇ ਆ ਉਹ ਤੂੰ ਕਾਲਜ ਪੜਨ ਜਾਣਾ ਕਿ ਕੁੜੀਆਂ ਨੂੰ ਅੱਖ ਮਟਕਾ ਲੜਾਉਣ ਜਾਣਾ ਸਾਲੇ ਪੜਨ ਦੇ ਨਾਂ ਤੇ ਪਿਆਰ ਦੀਆਂ ਪਿੰਗਾਂ ਚੜਾਉਂਦੇ ਆ ਜੀਤ ਕਰਦਾ ਜੁੱਤੀ ਫੜਨ ਸਿਰ ਤੇ ਕਵਾਲਾ ਛੱਡਾ ਤੇਰੇ ਠੰਡ ਰੱਖੋ ਜੀ ਜਵਾਨ ਮੁੰਡਾ ਐ ਐਵੇਂ ਗੁੱਸਾ ਕਰ ਜੂ ਉਹ ਜੇ ਬਰੋਬਰ ਦਾ ਤੈਨੂੰ ਮੋਢੇ ਤੇ ਚੱਕ ਕੇ ਪਿੰਡ ਦੀ ਗੇੜੀਆਂ ਲਵਾਵਾ ਸਿਰ ਤੇ ਚੱਕੀ ਫਿਰ ਕੰਮ ਜੋ ਬਹੁਤ ਵੱਡਾ ਕੀਤਾ ਇਹਨੇ ਓਏ ਸਰਬਣਾ ਓਏ ਗਰੀਬਾਂ ਕੋਲੇ ਕਿੱਜ ਤੋਂ ਸਵਾ ਹੋਰ ਪੱਲੇ ਹੈ ਵੀ ਕੀ ਓਏ ਕਿਤੇ ਉਹ ਵੀ ਮਿੱਟੀ ਚ ਨਾ ਮਲਾ ਦੇਈ ਓਏ ਤੇਰੇ ਨਾਲ ਵੇਖ ਕੇ ਇਹਦਾ ਕੀ ਹਾਲ ਹੋਊ ਮੈਨੂੰ ਤਾਂ ਇਹਦੀ ਵੀ ਡੋਲ ਚਾਲ ਵਿਗੜੀ ਜੀ ਲੱਗਦੀ ਐ ਬਸ ਕੋਈ ਵੀ ਗੱਲ ਹੋਵੇ ਮੈਨੂੰ ਵਿੱਚ ਕਿਹੜੀ ਸੁਣੇ ਕਿਹੜੀ ਸੁਣਾ ਗੁੱਸਾ ਤਾਂ ਨੱਕ ਤੇ ਰੱਖਿਆ ਮਜ਼ਾ ਲਾ ਕਿਸੇ ਦੀ ਗੱਲ ਸਹਿ ਲੈਣ ਗੱਲ ਤਾਂ ਉੱਤੇ ਦੀ ਉੱਤੇ ਖੜੀ ਆ ਗੱਲ ਨੂੰ ਹੁਣ ਤੁਸੀਂ ਅੱਗੇ ਤਾਂ ਤੋਰੋ ਉਹ ਜੋ ਜੀ ਕਰਦਾ ਕਰੋ ਚਾਰ ਜਮਾਤਾਂ ਕੀ ਪੜ ਗਏ ਖੰਭ ਲਾ ਕੇ ਸੋਰੀ ਦੇ ਉਹ ਤੈਨੂੰ ਕੁੜੀ ਪਸੰਦ ਆ ਤੇ ਕੁੜੀ ਨੂੰ ਆਹੋ ਜੀ ਮੀਆਂ ਬੀਬੀ ਰਾਜੀ ਤੇ ਕੀ ਕਰੂਗਾ ਕਾਜੀ ਚੰਗਾ ਫਿਰ ਦੇਖਦਾ ਮਨਾਉਂਦਾ ਬਾਪੂ ਨੂੰ ਉੜੇ ਰੱਜਾ ਹਾਂਜੀ ਮੇਰੇ ਤੋਂ ਕੌਣ ਆਇਆ ਬਾਹਰ ਬੀਜੀ ਵੀਰਾ ਤੇ ਭਾਬੀ ਆਏ ਆ ਇਹ ਸਾਰਾ ਕੱਲਾ ਹੀ ਲੈ ਆਇਆ ਬਾਪੂ ਜੀ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਲਵ ਮੈਰਿਜ ਵੇ ਦੱਸ ਨਾ ਦਿੰਦਾ ਜਾ ਸਭ ਤੋਂ ਤੇਲ ਲਿਆ ਮੈਂ ਇੱਥੇ ਹੀ ਰੁਕੀ ਮੈਂ ਤੇਲ ਚ ਆ ਕੇ ਅੰਦਰ ਮਾਰਦੀ ਆ ਆਹੋ ਚੋਰ ਚੋ ਤੇਲ ਚੋ ਆਰਤੀ ਕਰਨ ਵਾਪ ਜਾ ਦੇ ਦੀ ਜੰਗ ਜੋ ਜਿੱਤ ਕੇ ਆਇਆ ਬੰਨੋ ਚੰਸੀ ਚਮਕੇ ਮੱਥੇ ਉੱਤੇ ਝੂਮਰ ਦਮਕੇ ਪਲਕਾਂ ਉੱਠਦੀਆਂ ਨੇ ਥਮ ਦਮਕੇ ਮੈਂ ਵਾਰੀ ਜਾਵਾਂ ਉਹ ਸਾਲਿਆ ਜੇ ਬਾਜਾ ਬੋਜਾ ਨਹੀਂ ਸੀ ਲੱਭਾ ਤਾਂ ਢਿੱਡ ਵਜਾਣਾ ਸੀ ਅਖੇ ਲਵ ਮੈਰਿਜ ਆ ਉਹ ਪੁੱਤ ਪਤਾ ਲੱਗੂ ਜਦੋਂ ਜਬ ਮੈਰਿਜ ਬਣੀ ਏ ਤੂੰ ਵੇਖ ਲਈ ਅੱਜ ਰਜ ਕੇ ਆਪਣੇ ਸਾਰਿਆਂ ਨੂੰ ਸਿਮੀ ਤੇ ਮੇਰੇ ਬਾਪੂ ਜੀ ਨੇ ਮੱਥਾ ਟੇਕ ਰਾਜੀ ਰਹੋ ਓਏ ਘਰੇ ਆ ਓਏ ਆ ਜਾ ਅਮਰੀ ਆ ਜਾ ਲੰਘ ਗਿਆ ਘਰੇ ਹੀ ਆ ਹੋਰ ਭਲਾ ਸੀ ਬਲੈਟ ਜਾਣਾ खुद नहीं पता लगा व्याह कदों हो गया ना तू मूह मिठा किथे करदा तेनू तां कौड़े तो वेल नहीं ना कर लो मुखला ओए अमली किथे तुहाडी अक थले आदा ये की कहंदे हो वीर जी ਕੁੜੇ ਰੱਜੋ ਭਰਜਾਈ ਆਪਣੀ ਨੂੰ ਭੇਜ ਬਾਹਰ ਵੇਖ ਚਾਚਾ ਜੀ ਆਏ ਆ ਆ ਮੁੱਛਾਂ ਵਾਂਗ ਕਰਿਓ ਲੋਕਾਂ ਤੁਹਾਡੀ ਕੋਈ ਜ਼ਿਆਦਾ ਹੀ ਪੜੀਓ ਨਹੀਂ ਹੋ ਲੱਗਦੀ ਆ ਵੀਰ ਜੀ ਜ਼ਮਾਨਾ ਬਦਲ ਗਿਆ ਭਾਈ ਜਮਾਨਾ ਇੰਨਾ ਵੀ ਨਹੀਂ ਬਦਲ ਜਾਣਾ ਚਾਹੀਦਾ ਕਿ ਬੰਦੇ ਨੂੰ ਆਪਣੇ ਰੀਤੀ ਰਿਵਾਜ ਹੀ ਭੁੱਲ ਜਾਣੇ ਜਾਂ ਵੇਖ ਲਾ ਅਮਲੀਆ ਜਦੋਂ ਆਪਾਂ ਸੋਣ ਗਏ ਸੀ ਵਿਆਹ ਤੋਂ ਪੂਰੇ 7 ਦਿਨ ਪਹਿਲਾਂ ਤੇ 7 ਦਿਨ ਬਾਅਦ ਇਹ ਗੌਰ ਪਾਣੀ ਚੱਲਦਾ ਰਿਹਾ ਤੇ ਹੁਣ ਕਦੋਂ ਵਿਆਹ ਹੋ ਗਿਆ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਭਾਈ ਆ ਦਾ ਤੁਹਾਡੇ ਹੀ ਚਾਹ ਸਾਰੇ ਮਿੱਠੇ ਹੀ ਰਹਿ ਗਏ ਹੋ ਉਹਦਾ ਬਾ ਕੱਢ ਕੰਨ ਬੋਲੀਆਂ ਪਾਉਣੀਆਂ ਸੀ ਉਹ ਕਿੱਥੇ ਪਪੀਆ ਬਣਾਉਣਾ ਸੀ ਉਹ ਕਿੱਥੇ ਨੱਚਣਾ ਤੇ ਵਿਹੜਾ ਪਕੜਨਾ ਸੀ ਅਮਲੀ ਨੇ ਭੰਗੜਾ ਪਾਉਣਾ ਸੀ ਉਹ ਸਾਡੇ ਯਾਰ ਯਾਰ ਵਿੱਚ ਦੇ ਵਿੱਚ ਰਹਿ ਗਏ
वे वीरा जो होया चंगा ही होया। ओ चंगा होया या माड़ा होया एदा मेनू पता नहीं, पर जो अगे होण वाला ओ मेनू चंगा नहीं लगता। अमली ने भी सारी दुनिया देखी होगा भरावा। ਬਿਛਨੇ ਦਾ ਵੀ ਹਿਸਾਬ ਹਸੂਬ ਕੀਤਾ ਕਰ ਲੈਣਾ ਸੀ। ਸਤਿ ਸ਼੍ਰੀ ਅਕਾਲ ਜਗੀਰਦਾਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਨੂੰ ਬੁਲਾਇਆ ਸੀ ਜੀ? ਹਾਂ ਬਈ ਬਿਛਨਿਆ, ਤੁਸੀਂ ਤਾਂ ਰਕਮ ਲੈ ਕੇ ਹੀ ਭੁੱਲ ਗਏ। ਮੈਂ ਕਿਹਾ ਬਈ ਯਾਦ ਤਾਂ ਕਰਾ ਦਿਆਂ। ਜਗੀਰਦਾਰ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ। ਓਏ ਕਾਕਾ ਗੱਲ ਤਾਂ ਹੈ ਕੋਈ ਨਾ ਕੋਈ, ਤੁਸੀਂ ਤਾਂ ਮੂੰਹ ਦਿਖਾਉਣਾ ਵੀ ਗਏ। ਉਹ ਜੀ ਥੋੜਾ ਹੱਥ ਤੰਗ ਸੀ ਇਸ ਕਰਕੇ। ਓਏ ਇਹ ਤਾਂ ਰਾਗ ਮੈਂ ਤੁਹਾਡਾ ਕਈਆਂ ਚਿਹਰਾ ਤੋਂ ਸੁਣਦਾ ਆ ਰਿਹਾ। ਉਹ ਗੱਲ ਸੁਣ ਵੇਚ ਰਿਹਾ। ਉਹ ਮੈਨੂੰ ਇਹ ਤਾਂ ਦੱਸ ਇੰਨੀ ਰਕਮ ਕੀ ਕੀਤੀ, ਕਿੱਥੇ ਸਿੱਟੀ ਹੋਏ ਇੰਨੀ ਰਕਮ? ਬਸ ਛੋਟੇ ਦੀ ਪੜ੍ਹਾਈ ਤੇ ਸਾਰਾ ਖਰਚਾ ਹੋ ਗਿਆ। ਉਹ ਜਿਹਤੇ ਮਰਜ਼ੀ ਖਰਚਾ ਹੋਇਆ ਨਹੀਂ ਹੋਇਆ ਮੈਂ ਇਹਨਾਂ ਗੱਲਾਂ 'ਚੋਂ ਕੀ ਲੈਣਾ? ਮੈਨੂੰ ਮੇਰੀ ਰਕਮ ਕਦੋਂ ਮੋੜਦੇ ਵਿਛਣਿਆ? ਬਸ ਛੋਟੇ ਨੂੰ ਨੌਕਰੀ ਮਿਲ ਜਾਏ ਪਾਈ ਪਾਈ ਮੋੜ ਦੇਂਗੇ ਜਗੀਰਦਾਰ ਜੀ। ਇਹਦੇ ਵਿੱਚ ਹੀ ਤੁਹਾਡੀ ਭਲਾਈ ਆ। ਇੱਕ ਯਾਦ ਰੱਖੀ, ਜੇ ਜਗੀਰਦਾਰ ਪੈਸੇ ਦੇਣ ਜਾਣਦਾ ਤੇ ਲੈਣ ਵੀ ਜਾਣਦਾ। ਜਗੀਰਦਾਰ ਨੂੰ ਜ਼ਿਆਦਾ ਇੰਤਜ਼ਾਰ ਕਰਨ ਦੀ ਆਦਤ ਨਹੀਂ। ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਕੁਛ ਕਹਿੰਦਾ ਨਹੀਂ, ਜਦੋਂ ਆਪਣੀ ਆਈ ਤੇ ਆਜਮਾ ਤਾਂ ਫਿਰ ਚੁੱਪ ਰਹਿੰਦਾ ਨਹੀਂ। ਭਾਗਵਾਨ ਨੇ ਆਪਣੀ ਨੂੰਹ ਨੂੰ ਵੀ ਜਗਾ ਲਿਆ ਕਰ, ਇਹਨੂੰ ਨਹਾਉਣ ਵਾਸਤੇ ਪਾਣੀ ਤੱਤਾ ਕਰਕੇ ਦੇ, ਉਹਦੇ ਪੈਰੀ ਪੂਰੀ ਹੱਥ ਲਾਇਆ ਕਰ, ਉਹ ਸੇਵਾ ਕਰਿਆ ਕਰ ਉਹਦੀ ਸੇਵਾ। ਤੁਸੀਂ ਵੀ ਬਸ ਨਾ ਬਿਨਾਂ ਗੱਲ ਤੋਂ ਸ਼ੁਰੂ ਹੋ ਜਾਇਆ ਕਰੋ। ਸਿੰਮੀ ਮੈਂ ਜਲਦੀ ਜਾਣਾ, ਅੱਜ ਮੇਰੀ ਇੰਟਰਵਿਊ ਆ, ਮੈਂ ਮਾਂ ਬਾਪ ਕੋਲੋਂ ਆਸ਼ੀਰਵਾਦ ਲੈ ਕੇ ਚੱਲਦਾ। ਬਾਕੀ ਸਭ ਤਾਂ ਠੀਕ ਆ, ਇਹ ਆਸ਼ੀਰਵਾਦ ਆਸ਼ੀਰਵਾਦ ਲੈਣਾ ਮੈਨੂੰ ਨੀ ਚੰਗਾ ਲੱਗਦਾ। ਐਵੇਂ ਅਗਲੇ ਦੇ ਪੈਰੀ ਹੱਥ ਲਾਈ ਜਾਓ, ਮੈਨੂੰ ਨੀ ਚੰਗਾ ਲੱਗਦਾ ਇਹੋ ਜਿਹੇ ਪਖੰਡ। ਤੂੰ ਨੀ ਸਮਝੇਗੀ, ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਬੀ ਐਡ ਦੇ ਪੇਪਰ ਦੇ ਕੇ ਘਰ ਆਇਆ ਸੀ। ਮਾਂ ਤਬੀਅਤ ਖਰਾਬ ਏ? ਨਹੀਂ ਪੁੱਤ ਮੈਂ ਠੀਕ ਹਾਂ।
वीर जी जब मां नूं पता लगा तुहाडे पेपर ने मां ने 21 दिन का वर्त रख लिया ताकि तुसी चंगे नंबर लैके पास हो जाओ। सरबन मेरे मां नूं असीं बहुत क्या कुछ खा लो पर मां जी मानदे ही नहीं। मां एड्डी वड्डी कुर्बानी नहीं पुत्त कुर्बानी नहीं ये तो मेरियां दुआवां ने मेरे पुत्र बापू जी बधाइयां पर पुत्रा कालिया बधाइयां देई जाना बेबे जी बधाइयां नहीं कैसे बधाइयां पुत्र बेबे जी मैं नौकरी मिल गई है मैं टीचर लग गया वो भी कॉलेज विच लो बेबे जी मुंह मीठा करो जी कुड़े सत्तो रज्जो बाहर आओ जी बेबे जी तेरे वीरे नु नौकरी मिली है आ लो डब्बा अंदर रखो मेरा पुत्र सोना होगा ना फिर कट्ठे बैठ के मुंह मीठा करांगे। ठीक है। बुढ़े सिम्मी सिर ढक लिया कर तू तो ऐ घूमदी जिवें नानकियां दे आई होवे आहो तेनू तो नुक्स कढ़ने लई बहाना चाहिदा है। सिम्मी बेबे तो मजाक करदी सी तू एवे कानू गुस्सा कर लिया आहो सवेरे सवेरे कजा वाली गल्ला करनी है गुस्सा ना आवे अखे आप वेखली लोका नू मत्ता भाभी 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 वे तेनू कादा दुख लगा सच कोड़ा लगदा है सिर ढक के रख्या कर आप दा झाटा सारा दिन खिल रहा रहंदा है भाभी मुंह संभाल के बोल कुकर वे बेशर्मा मां वर्गी परजाई ते हाथ चकदा सिमिति है इनू माफ कर दे इन्हें आना है बहुते ड्रामे ना कर बुढ़िया सिमी भैने शांत हो जा एवं निक्की जी गल का खलारा नहीं पाई दा ए निक्की जी गल इन्हें मेरे ते हाथ चुके है एदी औकात की है एदे वर्गे ते साडे घर नौकर है रब का वास्ता है धीए गल नू होर ना वधाओ एदे हुंदी मैं तेरे कोलो माफी मंगदी हां गल तां हुण वध गई माई जे इस गल का बदला मैं ना लिया ना तां मैनू वी पटवारी दी धी ना जानी ਸਮਾਨ ਕਿਉਂ ਪਿਆ ਕੀਤਾ ਹੈ ਕੀ ਗੱਲ ਹੋਈ ਤੇਰੇ ਨਾਲ ਰਹਿਣ ਦੀ ਸਜ਼ਾ ਭੋਗ ਰਹੀ ਆ ਸਜ਼ਾ ਸਾਫ਼ ਸਾਫ਼ ਦੱਸ ਹੋਇਆ ਕੀ ਤੇਰੇ ਲਾਡਲੇ ਛੋਟੇ ਭਰਾ ਨੇ ਮੇਰੇ ਤੇ ਹੱਥ ਚੁੱਕਿਆ ਹੈ ਉਹ ਵੀ ਪਟਵਾਰੀ ਦੀ ਧੀ ਤੇ ਮੈਂ ਹੁਣ ਇਸ ਘਰ ਨਹੀਂ ਰਹਿਣਾ ਹੱਥ ਚੁੱਕਿਆ ਕੋਈ ਗੱਲ ਨਹੀਂ ਮੈਂ ਸਵੇਰੇ ਪੁੱਛ ਲਵਾਂਗਾ ਤੂੰ ਸ਼ਾਂਤ ਹੋ ਜਾ ਇਹ ਕੀ ਹੋ ਰਿਹਾ ਹੈ ਸਭ ਅਜੇ ਤਾਂ ਕੁਝ ਨਹੀਂ ਹੋਇਆ ਹੋਵੇਗਾ ਤਾਂ ਹੁਣ ਮੇਰੀ ਗੱਲ ਸੁਣ ਲਓ ਗੌਰ ਨਾਲ ਹੁਣ ਮੈਂ ਇਸ ਘਰ ਵਿੱਚ ਆਪਣੀ ਹੋਰ ਬੇਇੱਜ਼ਤੀ ਨਹੀਂ ਕਰਵਾ ਸਕਦੀ ਮੈਂ ਆਪਣੇ ਪਾਪਾ ਨੂੰ ਫੋਨ ਕਰ ਦਿੱਤਾ ਹੈ ਆਪਾਂ ਕੱਲ ਤੋਂ ਉਹਨਾਂ ਦੀ ਸ਼ਹਿਰ ਵਾਲੀ ਕੋਠੀ ਵਿੱਚ ਜਾ ਕੇ ਰਵਾਂਗੇ ਪਰ ਤੂੰ ਪਰ ਕੁਝ ਨਹੀਂ ਹੁਣ ਤੁਸੀਂ ਸੋਚਣਾ ਹੈ ਤੁਸੀਂ ਮੇਰੇ ਨਾਲ ਰਹਿਣਾ ਹੈ ਜਾਂ ਇਸ ਕਾਢਿਆਂ ਦੇ ਧੌਣ 'ਚ ਮੈਂ ਇਹਨਾਂ ਗਵਾਰਾਂ ਵਿੱਚ ਨਹੀਂ ਰਹਿ ਸਕਦੀ ਸਿਮੀ ਤੂੰ ਇਹ ਕੀ ਕਹਿ ਰਹੀ ਅਗਰ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਮੈਂ ਜ਼ਹਿਰ ਖਾ ਕੇ ਜਾਨ ਦੇ ਦੇਣੀ ਹੈ ਹਾਂ ਨਾਲੇ ਇਹਨੂੰ ਮੇਰੀ ਫੋਕੀ ਧਮਕੀ ਨਾ ਸਮਝਿਓ ਸਿੰਮੀ ਨੇ ਜੋ ਕਹਿਤਾ ਉਹ ਪੱਥਰ ਤੇ ਲੀਕ ਹੈ ਪੱਥਰ ਤੇ ਲੀਕ ਹੈ ਪੱਥਰ ਤੇ ਲੀਕ ਹੈ
ਹੁਣ ਮੈਂ ਕੀ ਕਰਾਂ ਹੁਣ ਮੈਂ ਕੀ ਕਰਾਂ ਅਗਰ ਸਿੰਮੀ ਦੀ ਨਾ ਮੰਨੀ ਸਿੰਮੀ ਦੀ ਨਾ ਮੰਨੀ ਤਾਂ ਘਰਦੇ ਜਾਂਦੇ ਨੇ ਮੈਂ ਘਰਦੇ ਜਾਂਦੇ ਨੇ ਘਰਦਿਆਂ ਦੀ ਨਾ ਮੰਨੀ ਘਰਦਿਆਂ ਦੀ ਨਾ ਤਾਂ ਸਿੰਮੀ ਜਾਂਦੀ ਹੈ ਤਾਂ ਸਿੰਮੀ ਜਾਂਦੀ ਕੋਠੀ ਜਾਂਦੀ ਹੈ ਕੋਠੀ ਜਾਂਦੀ ਐਸ਼ੋ ਆਰਾਮ ਐਸ਼ੋ ਆਰਾਮ ਸ਼ਹਿਰ ਦੀ ਜ਼ਿੰਦਗੀ ਸ਼ਹਿਰ ਦੀ ਜ਼ਿੰਦਗੀ ਉੱਥੋਂ ਜਾਂਦੀ ਹੈ ਉੱਥੋਂ ਜਾਂਦੀ ਹੈ ਨਾ ਸਿੰਮੀ ਦੇ ਪਾਪਾ ਸਿੰਮੀ ਦੇ ਪਾਪਾ ਤਾਂ ਸਿੰਮੀ ਤੋਂ ਬਗੈਰ ਹੋਰ ਹੈ ਵੀ ਕੌਣ ਹੋਰ ਹੈ ਵੀ ਕੌਣ ਸਾਰੀ ਜਾਇਦਾਦ ਦਾ ਸਾਰੀ ਜਾਇਦਾਦ ਦਾ ਮਾਲਕ ਮੈਂ ਹੀ ਬਣਾਂਗਾ ਇਹ ਪਲਾਨ ਸਫਲ ਹੋ ਹੀ ਗਿਆ ਇਸ ਪਿੰਡ ਉਗਵਾ ਟੱਬਰ ਤੋਂ ਛੁਟਕਾਰਾ ਹੋਵੇਗਾ ਮੈਂ ਤਾਂ ਬਿਨਾਂ ਖੰਭਾਂ ਤੋਂ ਡਾਰਾ ਬਣਾ ਦੇਵਾਂ ਮੈਂ ਤਾਂ ਬੜੇ ਦਿਨਾਂ ਤੋਂ ਇਸ ਮੌਕੇ ਦੀ ਭਾਲ ਚ ਸੀ ਮੈਂ ਵੀ ਪਟਵਾਰੀ ਦੀ ਧੀ ਹਾਂ ਪਟਵਾਰੀ ਦੀ ਵੇਖ ਪੁੱਤਰਾ ਲੜਾਈਆਂ ਝਗੜੇ ਕਿਸ ਘਰ ਚ ਨਹੀਂ ਹੁੰਦੇ ਪਰ ਜੇ ਸਾਰੇ ਤੇਰੇ ਕੋਲ ਘਰ ਛੱਡ ਕੇ ਜਾਣ ਲੱਗ ਪਏ ਫਿਰ ਤਾਂ ਘਰਾਂ ਦੇ ਘਰ ਖਾਲੀ ਹੋ ਜਾਣਗੇ ਪੁੱਤਰਾ ਓਏ ਸਰਵਣਾ ਤੂੰ ਘਰ ਛੱਡਣ ਬਾਰੇ ਸੋਚ ਵੀ ਕਿਵੇਂ ਲਿਆ ਓਏ ਤੇਰੇ ਤੇ ਤਾਂ ਸਾਨੂੰ ਬਹੁਤ ਆਸਾਂ ਨੇ ਵੇਖ ਮੇਰੀਏ ਭੈਣੇ ਤੈਨੂੰ ਅੱਜ ਤੋਂ ਬਾਅਦ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਭਾਬੀ ਮੈਨੂੰ ਮਾਫ ਕਰ ਦੇ ਘਰ ਛੱਡ ਕੇ ਨਾ ਜਾਓ ਮੇਰਾ ਜੋ ਫੈਸਲਾ ਮੈਂ ਸੁਣਾ ਦਿੱਤਾ ਥੁੱਕ ਕੇ ਚੱਟਣਾ ਸਿੰਮੀ ਨੇ ਸਿੱਖਿਆ ਨਹੀਂ ਉਹ ਕਿਉਂ ਵੇ ਉਹ ਕੀ ਗੱਲ ਹੋਵੇ ਆ ਸਾਰਾ ਟੱਬਰ ਜੀਵ ਗਿਆ ਦੱਬੀ ਬੈਠਾ ਕੀ ਦੱਸੀ ਅਮਲੀਆ ਘਰ ਦੇ ਵਿੱਚ ਮਾੜਾ ਜਿਹਾ ਲੜਾਈ ਝਗੜਾ ਕੀ ਹੋਇਆ ਆ ਤੇਰਾ ਨੂੰਹ ਤੇ ਪੁੱਤ ਘਰ ਛੱਡ ਕੇ ਜਾਣ ਨੂੰ ਤਿਆਰ ਹੋ ਗਏ ਨੇ ਮੇਰੇ ਪੁੱਤਰਾ ਮੇਰੀ ਧੀਏ ਆਖਿਰ ਤੱਕ ਅਮਲੀ ਨੇ ਉਸ ਰੱਬ ਕੋਲੋਂ ਅਮਲ ਤੋਂ ਇਲਾਵਾ ਕੁਛ ਨਹੀਂ ਮੰਗਿਆ ਪਰ ਹਾਂ ਰੱਬ ਜੀ ਅੱਜ ਤੁਹਾਡੇ ਅੱਗੇ ਹੱਥ ਜੋੜ ਕੇ ਮੇਰੀ ਧੀਏ ਮੇਰਾ ਪੁੱਤਰਾ ਅੱਜ ਤੁਹਾਡੇ ਕੋਲ ਇਸ ਘਰ ਦੀਆਂ ਖੁਸ਼ੀਆਂ ਮੰਗਦਾ ਇਸ ਘਰ ਦੀਆਂ ਖੁਸ਼ੀਆਂ ਮੋੜ ਦਿਓ ਮੇਰਾ ਪੁੱਤ ਇਹ ਘਰ ਛੱਡ ਕੇ ਨਾ ਜਾਓ ਮੇਰਾ ਪੁੱਤ ਇਹ ਘਰ ਛੱਡ ਕੇ ਨਾ ਜਾਓ ਮੇਰੇ ਲਾਡਲਿਆ ਪੁੱਤਰਾ ਸਿੰਮੀ ਨੂੰ ਸਮਝਾ ਤੈਨੂੰ ਮਾਂ ਦੇ ਹਾੜੇ ਨਹੀਂ ਸੁਣਦੇ ਪੁੱਤਰਾ ਮੁੰਡੇ ਬਾਰੇ ਸਾਡਾ ਲੱਕ ਤੋੜ ਕੇ ਨਾ ਜਾ ਤੂੰ ਤਾਂ ਮਾਂ ਦੀ ਸਿਸਕੀ ਬਰਦਾਸ਼ਤ ਨਾ ਕਰੇ ਅੱਜ ਮਾਂ ਦੇ ਹਾੜੇ ਨਹੀਂ ਸੁਣਦੇ ਪੁੱਤਰਾ ਤੈਨੂੰ ਅੱਜ ਮਾਂ ਦੇ ਹਾੜੇ ਨਹੀਂ ਸੁਣਦੇ ਬਸ ਮੈਂ ਜੋ ਕਹਿਣਾ ਸੀ ਕਹਿਤਾ ਮੇਰਾ ਹੋਰ ਦਿਮਾਗ ਖਰਾਬ ਨਾ ਕਰੋ ਦਿਮਾਗ ਖਰਾਬ ਨਾ ਕਰੋ ਜੇ ਮੈਨੂੰ ਪਤਾ ਹੁੰਦਾ ਤੂੰ ਐਵੇਂ ਦਾ ਨਿਕਲਣਾ ਤੇਰਾ ਨਾਂ ਸਰਵਣ ਨਾ ਰੱਖਦੀ ਤੂੰ ਤਾਂ ਸਰਵਣ ਨਾਂ ਨੂੰ ਹੀ ਲਾਜ ਲਾ ਦਿੱਤੀ ਓਏ ਜਾਲਮਾ ਓਏ ਕਰਜ਼ੇ ਚੁੱਕ ਚੁੱਕ ਕੇ ਤੈਨੂੰ ਪੜਾਇਆ ਤੇ ਤੂੰ ਤੂੰ ਅੱਜ ਸਾਡੀ ਪਿੱਠ ਤੇ ਲੱਤ ਮਾਰ ਕੇ ਜਾ ਰਿਹਾ ਛੱਡ ਦਿਓ ਉਹਨੂੰ ਕੋਈ ਨਾ ਰੋਕਿਓ ਜਿਹਨੂੰ ਮਾਂ ਦੇ ਹਾੜੇ ਨਹੀਂ ਰੋਕ ਸਕੇ ਉਹਨੂੰ ਹੁਣ ਕੌਣ ਰੋਕੇਗਾ ਛੱਡਦੇ ਉਹਨੂੰ ਇੰਨਾ ਹੋ ਗਿਆ ਇਹਨੂੰ ਮਾਇਆ ਨੇ ਬੋਲਾ ਕਰ ਦਿੱਤਾ ਖੁੱਲਾ ਕਰ ਦਿੱਤਾ ਇਹਨੂੰ ਛੱਡਦੇ ਉਹਨੂੰ ਇਹਨੂੰ ਕੋਈ ਨਾ ਰੋਕਿਓ ਇਹਨੂੰ ਛੱਡਦੇ ਜਾ ਪੁੱਤਰਾ ਜਾ ਮਾਂ ਪਿਓ ਦੀਆਂ ਲਾਛਾਂ ਉੱਤੋਂ ਦੀ ਲੰਘ ਕੇ ਜਾ ਰੱਬ ਕਰੇ ਤੇਰੇ ਵੀ ਔਲਾਦ ਹੋਵੇ ਤੈਨੂੰ ਵੀ ਪਤਾ ਲੱਗੇ ਮਾਂ ਦਾ ਦੁੱਖ ਕੀ ਹੁੰਦਾ ਹੈ ਪਿਓ ਦਾ ਦੁੱਖ ਕੀ ਹੁੰਦਾ ਹੈ ਵੈਸੇ ਤਾਂ ਕੁੜੀਏ ਤੂੰ ਬਹੁਤ ਸਮਝਦਾਰ ਹੈ ਪਰ ਮੇਰੀ ਇੱਕ ਗੱਲ ਯਾਦ ਰੱਖੀ ਤੇਰੇ ਜਿਹੀਆਂ ਨੌਹਾਂ ਨੇ ਜੋ ਨੌਹਾਂ ਤੇ ਤੀਆਂ ਵਿੱਚ ਕੀ ਫਰਕ ਹੈ ਇਸ ਦਾ ਅਹਿਸਾਸ ਕਰਾਉਂਦੀਆਂ ਨੇ ਜਦੋਂ ਆਪਣੇ ਹੋਣ ਪਰਾਏ ਜਦੋਂ ਆਪਣੇ ਹੋਣ ਪਰਾਏ ਬੜਾ ਦੁੱਖ ਲੱਗਦਾ ਏ ਲੁੱਟੀ ਗਈ ਲੋਕ ਸੰਗ ਛੱਡ ਜਾਣੇ ਆਪ
ਆਪਣੇ ਪਰਾਏ ਹੋ ਗਏ ਛੱਡੀ ਛੱਡੀ ਜਾਣੀ ਆਪਣੇ ਸੋਏ ਬੜਾ ਦੁੱਖ ਲੱਗਦਾ 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 ਪਾਪਾ ਜੀ ਕੀ ਹਾਲ ਮੇਰੇ ਪੁੱਤ ਦਾ ਠੀਕ ਹੈ ਪਾਪਾ ਜੀ ਮੈਂ ਬੈਠੋ ਪਾਪਾ ਜੀ ਪੁੱਤਰ ਜੀ ਐਸੀ ਕੀ ਗੱਲ ਹੋ ਗਈ ਜੋ ਤੁਹਾਨੂੰ ਘਰ ਛੱਡਣਾ ਪਿਆ ਬਸ ਪਾਪਾ ਜੀ ਮੈਂ ਉਹਨਾਂ ਗਵਾਰਾਂ ਚ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਸਕੀ ਪੁੱਤਰ ਇਹ ਸਭ ਕੁਝ ਤੇਰਾ ਹੈ ਪਰ ਇੱਕ ਗੱਲ ਯਾਦ ਰੱਖਿਓ ਜ਼ਿੰਦਗੀ ਚ ਕਦੇ ਅਜਿਹਾ ਫੈਸਲਾ ਨਾ ਲਿਓ ਬਾਅਦ ਵਿੱਚ ਪਛਤਾਉਣਾ ਪਵੇ ਹਾਂ ਸ਼ੈਰੀ ਕਿੱਥੇ ਆ ਉਹ ਬਾਜ਼ਾਰ ਗਏ ਨੇ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਚੰਗਾ ਪੁੱਤਰ ਮੈਂ ਜਰਾ ਜਲਦੀ ਵਿੱਚ ਫਿਰ ਕਿਸੇ ਵੇਲੇ ਆਵਾਂਗਾ ਮੈਂ ਕਿਹਾ ਲੰਘਦਾ ਗੇੜਾ ਮਾਰੀ ਜਾਵਾਂ जगीरदार जी थोड़े पैसे की जरूरत सी पहले मोड़ दे नहीं अगो होर लैन आ जाने वो नाले जेड़े चार सियाड़ जमीन दे सी मैनू पता लगा तेरा मुंडा मास्टर लग गया छोटे नू बाहर भेजना देख बई बाहर भेजो जा अंदर मैं की लेना ओ छोटे ओ इन्हां नूं पैसे दे दे जिन्ने कहिंदे आ और नाले गूठा गूठा जरूर लवा लई कागजां ते पैसे ब्याज समेत मोड़ दई नहीं तां फिर तैनू पता ही आ पहली गल तां मैं किसे नूं कुछ कहिंदा नहीं जदों अपनी आई ते आ जावां तां फिर चुप रहिंदा नहीं रहिंदा नहीं रहिंदा नहीं रहिंदा नहीं रहिंदा नहीं रहिंदा नहीं देख वे सुखे पुत्र पैसों दा बंदोबस्त हो गया तू लगन ते मेहनत ना काम करी सुखिया जगीरदार तो पैसे लेने जुत्ती च पानी पीण दे बराबर आ ओदियां चुभदियां गल्लां बिना तीर दे सीना चीरदियां ने वेखी भरावा लाज रखी वक्त ते किस्मत दोनों साडे तो रुस्से पए ने पुत्रा एक तां पहले ही चलिया गया हुण तू वी मां मैं कड़ा खुशी नाल चलिया सिर तो पैर तक कर जाई हां पुत्रा तेरे बिना मेरा दिल नहीं लगना मां दिल दे आखे लगी है ता कौन जाना टब्बर तो दूर होना हां सुखे तो ठीक कहना है गरीबा ले दिल जज्बात सदरा शौक कदो पूरे होए ने बस ना दिया गल्ला ने तो तोती है सुखे दा कपड़ा लीला ध्यान ना बैग च पा दे कोई चीज रह ना जावे सुखे पुत्त जिथे लिखिया दाना ओथे चुगना ही पैना सुन सवेरे सुखे नु जहाजे चाढ़ाई थोड़ा वक्त ना तुर पियो जांदिया भी बहुत समा लगना सरवण सोजा सवेरे छेती उठना बेबे ए सरवण नहीं सुखा है सुखा की करा दिए उस करम जले दा नाम मुंहों जांदा ही नहीं
अमलिया सत समुद्रों पार जाना केड़ा सौखा पिया मुंडे करनगी पढ़ लिख कम किसी मिलता नहीं बहर ना जाना बेचारे जान कि अपने मुल्क की छट अमलिया इतने तो अमीर दिनों दिन अमीर हो जा रहा है गरीब गरीब का तो बेड़ा गर्क हो रहा महंगाई इन्नी वधी आ भाई अगे जे कोई चीज महंगी होनी लोगों ने आखना है छोरी की कोई फीम हूं लोग कहते कोई छोरी के गंढे अमलिया तू वधिया ना कोई धी ना कोई पुत अगे सियाने कहते ना कोई कट्टी ना मच्छी तो नींद आवे अच्छी भाई अगले की जिंदगी सोहनी लगती है वो काश साडा भी कोई धिया पुत हुंदा वो कोई साडा भी घर बार हुंदा जिदे औलाद नहीं वह भी रोंदा जिदे औलाद वो भी रोई जांदा आदमी बस अपने जाल विच फसिया पिया हुंदा चंगा भाई ये गल का मुकनी नहीं जिंदगी मुक जानी है चंगा भरा चंगा अमलिया जिवें लंघदी लगाई जाने चंगा भाई सजना रजो ते भरजाई बहुत ज्यादा पुछदा सी बेबे दे गोडे ठीक आ बापू दी अख दा ऑपरेशन हो गया इन्नी गल करदा करदा उबके उबके रोल लग पिया सुखे वीरे बारे दस्या सी 6 महीने हो गए बाहर चला गया इन्नी गल सुन के खुश बहुत होया कह लगा बेबे नूं आखी के मैनूं माफ कर दे मावां भी कदे नाराज़ होई ए बुढ़ी मां दे देखे सुपने टुट जावण अंज भावे चला जांदा लड़के ना जांदा जिथे रहे खुश रहे बस मरन तो पहला एक बारी मिल जावी चंद्रया जान सौखी निकल जू बड़ा दुख लगदा जाने अपने सोए बड़ा दुख लगदा चलो कोई नहीं हौसला रखो चाची कदे तक घर आऊगी मैं चलदा चाची बड़ा दुख लगदा
जगीरदार जी तुसी आओ आओ बैठो। ओ बिशनिया, ओ मैं इत्थे बैठने नहीं आया, मैं तो सोचिया चलो अज तेरा घर ही देख आने। ओए गूठा लवाउण वेले तां देखिया ही नहीं, क्यों ओए काका? तुसी ठीक आखदे हो। ओए हां ओए मुंडिया, ओ वेख तां अपने पैसे भी पूरे हो जाऊ। हां मालको मसा पूरे पूरे होने। ओए मैनू भी तां पूरे ही पूरे चाहिदे आ। ओ जगीरदार दिल दा एड्डा माड़ा भी नहीं जेड़ा ज्यादा वल तके। जगीरदार जी थोड़ा वक्त दे दियो। हाँ जगीरदार जी साड़ी मजबूरी नू समझो। ओ पहली गल ता वक्त ना दी मेरे को चीज ही नहीं, दूजी गल ए जे तेरा वक्त ना देखिया हुंदा ते तू अज इस घर बेच नहीं हुंदा, तू सड़कां ते ठेडे खांदा फिरदा। जगीरदार जी साडे ते रहम करो। ओ माई रहम दी भीख मंग के किते दिल विच बहम ना पाल ले। वक्त बाज ते जगीरदार कदी किसे ते रहम नहीं करदे। जगीरदार जी ओए बिशनिया, ओए तैनू मैं क्या सी ना, जगीरदार पहला ता किसे नू कुछ कहिंदा नहीं, ओए जदों कहिंदा ते फिर चुप रहिंदा नहीं। चलो ओए मुंडियो घर ता तुसी देख ही लिया। ਕਿ ਤੂੰ ਵਿਆਹ ਬਾਰੇ ਆਪਣੇ ਘਰਦਿਆਂ ਨਾਲ ਗੱਲ ਕਿਉਂ ਨਹੀਂ ਕਰਦਾ? ਇਹਨੇ ਮੈਂ ਤੈਨੂੰ ਪਹਿਲੇ ਵੀ ਕਿਹਾ ਸੀ ਨਾ ਘਰ ਦੇ ਵਿੱਚ ਹਾਲਾਤ ਠੀਕ ਨਹੀਂ ਹੈ। ਪਰ ਇੰਜ ਕਿੰਨਾ ਚਿਰ ਚੱਲੇਗਾ? ਮੇਤੋ ਤਾਂ ਤੇਰੀ ਜੁਦਾਈ ਵੀ ਨਹੀਂ ਚੱਲੀ ਜਾਂਦੀ। ਪੜ੍ਹ ਲਿਖੇ ਮੈਂ ਘਰ ਵਿੱਚ ਵਿਹਲਾ ਘੁੰਮ ਰਿਹਾ ਤਾਂ ਘਰ ਵਿੱਚ ਗੱਲ ਚੱਲਦੀ ਮੇਰੇ ਬਾਹਰ ਭੇਜਣ ਦੀ, ਤੇ ਕਰਜ਼ਾ ਵੀ ਸਿਰ ਤੇ ਚੜਿਆ। ਮੇਤੋ ਤਾਂ ਤੇਰੀ ਜੁਦਾਈ ਵੀ ਜਿੰਦਾ ਯਾਰ ਜੁਦਾ ਹੋ ਜਾਵੇ ਦਿਲ ਜਾਂਦਾ ਮੇਰਾ।
बंदा कुट खान डे ना कुड़िए तू का तू इन कुटन लगी हो बेचारे इन्ने मेरे चूंडी वड्डी अच्छा इन तेरे चूंडी वड्डी ता कुटन लगी हो ना तू मेरे भावे दो बड ला मैं क्या जी हुण की होवेगा सुखे नु भी गया हाले बहुता चेर नहीं होया होना किया कमलिए सब किस्मत दी खेड है बुरे वक्त तो भला को बचे है मैनू तो सारे रस्ते बंद दिसते ने जे तुसी बुरा ना मन्नो तो एक रस्ता ते है वो केड़ा रस्ता अपना सरवण ओ केदी गल कर दी कुड़िए ओदी जेड़ा साडे तो अपना रस्ता बदल गया ओए उस मां मोई दी गल कर दी जेड़ा रिश्तियां दा मतलब भी भुली बैठा ना होर हाल भी की है सियाणे कहंदे ने कदे कदे सुत्ती जमीर भी जाग पैंदी है ओए जे सुत्ती होवे ते जाग पैंदी है कमलिए ओ जे आदमी दी जमीर ही मर जाए ओनु कौन जगावे बापू जी ਤੁਸੀਂ ਇੱਕ ਵਾਰੀ ਜਾ ਕੇ ਤਾਂ ਦੇਖੋ ਹਾਂ ਬਾਪੂ ਜੀ ਰੱਜੋ ਠੀਕ ਕਹਿੰਦੀ ਹੈ ਤੁਸੀਂ ਤੇ ਬੇਬੇ ਇੱਕ ਵਾਰੀ ਜਾ ਕੇ ਵੇਖ ਲਓ ਨਾਲੇ ਕਹਿੰਦੇ ਨੇ ਦੀਵਾਰਾਂ ਭਾਵੇਂ ਕਿੰਨੀਆਂ ਵੀ ਉੱਚੀਆਂ ਹੋ ਜਾਣ ਪਰ ਦਿਲਾਂ ਦੀ ਆਵਾਜ਼ ਦੀਵਾਰਾਂ ਚੀਰ ਕੇ ਵੀ ਲੰਘ ਜਾਂਦੀ ਚੰਗਾ ਬਈ ਜੇ ਤੁਸੀਂ ਕਹਿੰਦੇ ਹੋ ਤੇ ਜਾ ਆਉਂਦੇ ਹਾਂ ਵਾਹ ਮੇਰੇ ਡਾਡਿਆ ਰੱਬਾ ਅੱਜ ਆਪਣੀ ਔਲਾਦ ਦੇ ਘਰ ਜਾਣ ਤੋਂ ਵੀ ਦਿਲ ਡਰਦਾ ਹੈ ਬਚਪਨ ਵਿੱਚ ਖੜਾਉਂਦੇ ਸਮੇਂ ਮਾਂ ਪਿਓ ਆਪਣੇ ਬੱਚਿਆਂ ਵਿੱਚ ਆਪਣਾ ਬੁਢਾਪਾ ਵੇਖਦੇ ਨੇ ਪਰ ਅੱਜ ਉਸੀ ਔਲਾਦ ਤੋਂ ਉਸਦੀ ਤਸਵੀਰ ਧੁੰਦਲੀ ਧੁੰਦਲੀ ਜੀ ਨਜ਼ਰ ਆਉਂਦੀ ਹੈ ਭਗਵਾਨ ਨੇ ਸਿਰੇ ਤਿਆਰ ਹੋ ਜਾਈ ਸ਼ਾਇਦ ਅੱਜ ਸਾਡੇ ਪੈਰਾਂ ਦੇ ਰੱਟਣ ਕੱਚੇ ਨੇ ਚੰਗਾ ਬਈ ਇੱਦਾਂ ਵੀ ਕਰਕੇ ਵੇਖ ਲੈਂਦੇ ਹਾਂ ਬਾਪੂ ਜੀ ਬੇਬੇ ਜੀ ਤੁਸੀਂ ਰਾਜੀ ਰਹੋ ਪੁੱਤਰਾ ਰਾਜੀ ਰਹੋ ਆ ਜਾ ਇੱਥੇ ਰੱਖ ਦੇ ਡੋਲੂ ਪੁੱਤਰਾ ਤੇਰੇ ਕੋਲ ਤੇ ਸਮਾਂ ਹੈ ਨਹੀਂ ਅਸੀਂ ਸੋਚਿਆ ਵੀ ਚਲੋ ਆਪ ਹੀ ਮਿਲ ਆਉਂਦੇ ਆ ਨਾਲੇ ਪੁੱਤਰਾ ਇੱਕ ਚ ਵਾਲ ਪੁੱਟਣ ਨਾਲ ਵਾਲ ਨੂੰ ਭਾਵੇਂ ਕੁਝ ਹੋਵੇ ਨਾ ਹੋਵੇ ਪਰ ਇੱਕ ਵਿੱਚ ਜ਼ਖਮ ਜ਼ਰੂਰ ਹੁੰਦਾ ਹੈ ਪੁੱਤਰਾ ਜ਼ਰੂਰ ਹੁੰਦਾ ਹੈ ਬਾਪੂ ਜੀ ਬੇਬੇ ਜੀ ਮੈਂ ਚਾਹ ਲੈ ਕੇ ਆਉਂਦਾ ਉਹ ਬਹਿ ਜਾ ਪੁੱਤਰਾ ਬਹਿ ਜਾ ਚਾਹ ਅਸੀਂ ਘਰੋਂ ਪੀ ਕੇ ਆਏ ਹਾਂ ਤੂੰ ਸਾਡੇ ਨਾਲ ਬਹਿ ਕੇ ਤੇ ਗੱਲਾਂ ਕਰ ਤੂੰ ਚਾਹ ਬਣਾਏਗਾ ਨੂੰਹ ਰਾਣੀ ਕਿੱਥੇ ਆ ਬੇਬੇ ਜੀ ਬਾਜ਼ਾਰ ਗਈ ਏ ਆ ਜਾਏਗੀ ਲੈ ਮੈਨੂੰ ਫੜਾ ਲੈ ਮੈਨੂੰ ਫੜਾ ਇਹਨੂੰ ਸਿਆਣੇ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਪਰ ਸਾਡੀ ਕਿਸਮਤ ਵੇਖ ਸਾਨੂੰ ਵਿਆਜ ਤਾਂ ਕੀ ਮਿਲਣਾ ਸੀ ਸਾਡੇ ਹੱਥੋਂ ਤਾਂ ਮੂਲ ਵੀ ਜਾਂਦਾ ਰਿਹਾ ਛੱਡੋ ਜੀ ਤੁਸੀਂ ਇਹ ਕਿਹੜੀਆਂ ਗੱਲਾਂ 'ਚ ਪੈ ਗਏ ਜਿਉਂਦੀ ਰਹਤੀ ਏ ਜਿਉਂਦੀ ਰਹ ਹਾਲੋ ਬਾਪੂ ਜੀ ਚਾਹ ਪਿਓ ਲਿਆਤੀ ਹਾਲੋ ਬੇਬੇ
ਹੋਰ ਸੁਣਾ ਪੁੱਤਰਾ, ਤੇਰਾ ਕੰਮ ਕਰ ਤਾਂ ਠੀਕ ਹੈ ਨਾ? ਹਾਂਜੀ ਬਾਪੂ ਜੀ, ਬਹੁਤ ਵਧੀਆ। ਬਾਪੂ ਜੀ ਕਾਹਦਾ ਵਧੀਆ, ਸ਼ਹਿਰ ਵਿੱਚ ਖਰਚੇ ਥੋੜੇ ਨੇ। ਬੱਚਿਆਂ ਦਾ ਖਰਚਾ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਐਤਕੀ ਤਾਂ ਸਾਡੇ ਕੋਲ ਬੀਮੇ ਦੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ ਗਈਆਂ। ਸ਼ਹਿਰ ਦੇ ਵਿੱਚ ਤਾਂ ਹਰ ਚੀਜ਼ ਨੂੰ ਅੱਗ ਲੱਗੀ ਪਈ ਹੈ। ਵੀ ਅਸੀਂ ਤਾਂ ਤੇਰੇ ਕੋਲ ਤਾਂ ਆਏ ਸੀ ਵੀ। ਇੱਕ ਮਿੰਟ ਮੇਰੀ ਗੱਲ ਸੁਣਿਓ, ਬਾਹਰ ਜਿੱਦਾਂ ਇੱਕ ਮਿੰਟ ਹੋਣ। ਤੁਸੀਂ ਕਿਉਂ ਪੱਥਰ ਬਣ ਕੇ ਬੈਠੇ ਹੋ, ਕੁਝ ਬੋਲਦੇ ਕਿਉਂ ਨਹੀਂ? ਮੈਂ ਕੀ ਬੋਲਣਾ, ਤੂੰ ਬੋਲਣ ਨਹੀਂ ਹੈਗੀ ਆ। ਮੇਰੀ ਗੱਲ ਕੰਨ ਖੋਲ ਕੇ ਸੁਣ ਲਓ, ਜੇ ਇਹਨਾਂ ਨੇ ਕੋਈ ਪੈਸਾ ਪੂਸਾ ਮੰਗਿਆ ਤੇ ਮੈਂ ਇੱਕ ਕੋਡੀ ਨਹੀਂ ਦੇਣੀ। ਦੋ ਚਾਰ ਦਿਨ ਰਹਿਣਾ ਰਹਿ ਲੈਣ, ਰੋਟੀ ਪਾਣੀ ਮਿਲ ਜੂਗਾ। ਜੇ ਥੋੜੀ ਬਹੁਤੀ ਮਦਦ ਕਰ ਦੇਵਾਂਗੇ ਤਾਂ ਕੀ ਫਰਕ ਪੈ ਜੂ? ਚੁੱਪ ਕਰੋ, ਬਹੁਤੇ ਵੱਡੇ ਦਾਨਵੀਰ ਕਰਨ ਨਾ ਬਣੋ। ਜੇ ਤੁਸੀਂ ਨਹੀਂ ਕਹਿਣਾ ਨਾ ਤਾਂ ਮੈਂ ਆਪੇ ਹੀ ਕਹਿ ਦਿੰਦੀ ਆ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅਜੇ ਸਾਡੇ ਪੈਰਾਂ ਦੇ ਰੱਟਣ ਕੱਚੇ ਨੇ। ਚੱਲ ਭਗਵਾਨੇ, ਲੱਗਦਾ ਅਸੀਂ ਗਲਤ ਜਗ੍ਹਾ ਤੇ ਆ ਗਏ। ਚੱਲ ਆ ਚੱਲੀ, ਦੁਖੀ ਜਾਓ ਬਜ਼ੁਰਗ। ਸਮੁੰਦਰ ਹੈ ਬੰਦ ਨੀ, ਬੁੱਲਾਂ ਪਿੱਛੇ ਲੋਕ ਦੇ ਨਾ ਮੋਤੀਆਂ ਜੇ ਦੰਦ ਨੀ। ਕੁੱਜੀਆਂ ਚ ਹੁੰਦੇ ਨਾ ਸਮੁੰਦਰ ਹੈ ਬੰਦ ਨੀ, ਬੁੱਲਾਂ ਪਿੱਛੇ ਲੋਕ ਦੇ ਨਾ ਮੋਤੀਆਂ ਜੇ ਦੰਦ ਨੀ। ਘਰ ਕੋਸ਼ਿਸ਼ਾਂ ਗਿਆ ਏ ਜਗਹਾਰ, ਘਰ ਕੋਸ਼ਿਸ਼ਾਂ ਗਿਆ ਏ ਜਗਹਾਰ, ਨੀ ਚੁੰਨੀ ਥੱਲੇ ਰੂਪ ਨਾ ਲੁਕੇ ਕਦੇ ਦੁਨੀਆ ਤੋਂ ਲੁਕਦਾ ਨਾ ਪਿਆਰ, ਨੀ ਚੁੰਨੀ ਥੱਲੇ ਰੂਪ ਨਾ ਲੁਕੇ ਕਦੇ ਦੁਨੀਆ ਤੋਂ ਲੁਕਦਾ ਨਾ ਪਿਆਰ, ਨੀ ਚੁੰਨੀ ਥੱਲੇ ਰੂਪ ਨਾ ਲੁਕੇ। ਬਹਾਦਰ ਜੀ ਕਿਦਾਂ ਹੈ? ਉਹ ਧੰਨ ਭਾਗ ਸਾਡੇ, ਉਹ ਜਿਹਨੇ ਦਰਸ਼ਨ ਕੀਤੇ ਤੁਹਾਡੇ। ਜਗੀਰਦਾਰ ਸਾਹਿਬ, ਇਸ ਔਰਤ ਨੇ ਕੰਪਲੇਂਟ ਕੀਤੀ ਹੈ ਕਿ ਤੁਸੀਂ ਇਸ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੈ। ਉਹ ਕਿਹੜੀ ਜ਼ਮੀਨ ਤੇ ਗੁੱਡੜੀਏ, ਤੇਰੀ ਤੇ ਅਸੀਂ ਕਬਜ਼ਾ ਕਰ ਲਿਆ। ਤੁਹਾਨੂੰ ਨਹੀਂ ਪਤਾ ਕਿਹੜੀ ਜ਼ਮੀਨ? ਅੱਛਾ, ਉਹ ਤੇਰੀ ਜ਼ਮੀਨ ਹੈ? ਉਹ ਤਾਂ ਸਾਡੇ ਪਸੰਦ ਆ ਗਈ ਗੁੱਡੜੀਏ, ਅਸੀਂ ਉਹਦੇ ਤੇ ਕਬਜ਼ਾ ਕਰ ਲਿਆ। ਤੇ ਤੂੰ ਛਡਾ ਹੁੰਦੀ ਆ, ਤੂੰ ਛਡਾ ਲਾ। ਜ਼ਗੀਰਦਾਰਾ, ਬਹੁਤਾ ਉੱਪਰ ਨਹੀਂ ਚੁੱਕੀ ਦਾ, ਅੰਤ ਮੂੰਹ ਚ ਪੈਂਦਾ। ਗੱਲ ਸੁਣ ਮਾਈ, ਕੋਈ ਮੇਰੇ ਹੀ ਮੂੰਹ ਤੇ ਪੈਂਦਾ, ਤੂੰ ਪੈ ਲੈਣ ਦੇ। ਮੂੰਹ ਵੀ ਸਾਡਾ, ਥੁੱਕ ਵੀ ਸਾਡਾ, ਤੂੰ ਆਪਣਾ ਫਿਕਰ ਕਰ ਮਾਈ। ਸਾਹਿਬ ਬਹਾਦਰ, ਤੁਹਾਡੇ ਸਾਹਮਣੇ ਧੱਕਾਸ਼ਾਹੀ ਹੋ ਰਹੀ ਹੈ ਪਰ ਤੁਸੀਂ ਚੁੱਪ ਚਾਪ ਦੇਖ ਰਹੇ ਹੋ। ਬੀਬੀ, ਮੈਂ ਸੋਚਿਆ ਇਹ ਤੁਹਾਡਾ ਆਪਸੀ ਮਾਮਲਾ ਹੈ, ਇਸ ਨੂੰ ਆਪਸ ਵਿੱਚ ਹੀ ਕਿਉਂ ਨਾ ਨਜਿੱਠ ਲਿਆ ਜਾਵੇ। ਜਦੋਂ ਚੋਰ ਤੇ ਚੌਕੀਦਾਰ ਦੀ ਯਾਰੀ ਪੈ ਜਾਵੇ
ਉਦੋਂ ਕੋਈ ਕੀ ਕਰ ਸਕਦਾ ਜਦੋਂ ਬਾਹਰੀ ਖੇਤ ਨੂੰ ਖਾਣ ਲੱਗ ਪਵੇ ਤਾਂ ਹੋਰ ਕਿਸੇ ਤੇ ਕੀ ਆ ਉਹ ਬੀਬੀ ਤੂੰ ਸਾਡੇ ਤੇ ਇਲਜ਼ਾਮ ਲਾ ਰਹੀ ਹੈ ਇਲਜ਼ਾਮ ਨਹੀਂ ਇਹ ਹਕੀਕਤ ਹੈ ਤੇਰਾ ਸਰ ਤੱਕੇ ਜਾਈ ਦੇਖ ਜ਼ਗੀਰਦਾਰ ਜਦੋਂ ਕੰਸ ਰਾਵਣ ਵਰਗਿਆਂ ਨੇ ਜੱਜ ਜੱਜ ਪਾਪੀਆਂ ਨੇ ਹੰਕਾਰ ਕੀਤਾ ਉਹਨਾਂ ਦਾ ਸਰਵਨਾਸ਼ ਹੋਇਆ ਉਹਨਾਂ ਦਾ ਸਰਵਨਾਸ਼ ਮਾਲਕੋ ਇਹ ਤਾਂ ਆਪਣੀ ਬੇਇੱਜ਼ਤੀ ਕਰਕੇ ਚਲੀ ਗਈ ਓਏ ਕੋਈ ਨਹੀਂ ਕਾਕਾ ਉਹ ਵਿਚਾਰੀ ਦਾ ਬੀਪੀ ਵੱਧ ਗਿਆ ਹੁਣ ਏ ਵੈਸੇ ਵੀ ਗਰੀਬ ਬੇਬਸ ਤੇ ਮਜਬੂਰ ਹੋ ਕੇ ਪਮਲਾ ਹੋ ਹੀ ਜਾਂਦਾ ਏ ਠੀਕ ਆ ਫਿਰ ਜਗੀਰਦਾਰ ਸਾਹਿਬ ਚਲਦੇ ਸ਼ਾਮੀ ਫਿਰ ਮਿਲਦੇ ਹੈ ਘਬਰਾਉਣਾ ਨਹੀਂ ਜਰਾ ਤੁਸੀਂ ਬਹਾਦਰ ਜਦੋਂ ਮਰਜ਼ੀ ਚਾਚਾ ਜੀ ਜਿਉਂਦਾ ਰਹੇ ਪੁੱਤਰਾ ਬੈਠੀ ਚਾਚਾ ਜੀ ਸਿੰਮੀ ਪਾਣੀ ਲੈ ਗਿਆ ਸੁਣਾ ਵੀ ਸਰਵਣਾ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਚਾਚਾ ਜੀ ਪੂਰੇ ਆਨੰਦ ਚ ਆ ਐਸ਼ ਹੀ ਐਸ਼ ਆ ਖੁੱਲਾ ਖਾਈਦਾ ਪੀਦਾ ਕਾਰ ਹੈ ਕੋਠੀ ਹੈ ਪੂਰੀ ਸਰਦਾਰੀ ਆ ਸਰਦਾਰੀ ਅੱਗ ਲਾਇਆ ਇਹੋ ਜੀ ਸਰਦਾਰੀ ਨੂੰ ਚਾਚਾ ਜੀ ਕੀ ਹੋਇਆ ਉਹ ਜਿਸ ਮਾਂ ਬਾਪ ਨੇ ਭਰਾ ਭਰਜਾਈ ਨੇ ਉਹ ਖੁਦ ਭੁੱਖੇ ਰਹਿ ਕੇ ਤੈਨੂੰ ਪੜ੍ਹਾਇਆ ਲਿਖਾਇਆ ਇਹ ਜ਼ਿੰਦਗੀ ਦਿੱਤੀ ਆਪ ਕਰਜ਼ੇ 'ਚ ਡੁੱਬ ਕੇ ਤੈਨੂੰ ਇਸ ਮੰਜ਼ਿਲ ਤੱਕ ਪਹੁੰਚਾਇਆ ਤੂੰ ਉਹਨਾਂ ਲਈ ਕੀ ਕੀਤਾ ਚਾਚਾ ਜੀ ਤਾਂ ਹਰੇਕ ਮਾਂ ਬਾਪ ਕਰਦਾ ਹੈ ਹਰੇਕ ਮਾਂ ਬਾਪ ਕਰਦੇ ਨੇ ਤੇ ਔਲਾਦ ਕੀ ਕਰ ਰਹੀ ਹੈ ਅੱਜ ਸਾਰਾ ਟੱਬਰ ਘਰੋਂ ਬੇਘਰ ਹੋਣ ਨੂੰ ਫਿਰਦਾ ਤੇ ਤੂੰ ਪਹਿਲਾਂ ਸਰਦਾਰੀ ਹੈ ਉਹ ਲੱਖ ਲਾਂਤ ਹੈ ਤੇਰੀ ਪੜ੍ਹਾਈ ਦੇ ਤੂੰ ਮਾਸਟਰ ਤਾਂ ਲੱਗ ਗਿਆ ਪਰ ਰਿਹਾ ਕੋਰਾ ਕਾਗਜ਼ ਉਹ ਜਿਹੜਾ ਆਪਣੇ ਮਾਂ ਬਾਪ ਪ੍ਰਤੀ ਆਪਣੇ ਫਰਜ਼ ਨਹੀਂ ਸਮਝ ਸਕਦਾ ਉਹ ਬੱਚਿਆਂ ਨੂੰ ਕੀ ਪੜ੍ਹਾਊਗਾ ਅੱਜ ਬੁੱਢੇ ਬਾਰੇ ਉਹਨਾਂ ਨੂੰ ਤੇਰੀ ਲੋੜ ਸੀ ਤੇ ਤੂੰ ਪਿੱਠ ਵਿਖਾ ਕੇ ਆ ਗਿਆ ਉਹ ਜਿਸ ਭਰਾ ਭਰਜਾਈ ਨੇ ਕਦੇ ਤੇਰੀ ਖਾਤਰ ਚੰਗਾ ਖਾ ਕੇ ਨਹੀਂ ਦੇਖਿਆ ਚੰਗਾ ਪਹਿਨ ਕੇ ਨਹੀਂ ਦੇਖਿਆ ਤੂੰ ਉਹਨਾਂ ਪ੍ਰਤੀ ਆਪਣੇ ਕੀ ਫਰਜ਼ ਨਿਭਾਏ ਨੇ ਉਹ ਸਰਬਣਾ ਭਰਾ ਭੈਣਾਂ ਦੀ ਇੱਜ਼ਤਾਂ ਦੇ ਰਖਵਾਲੇ ਹੁੰਦੇ ਨੇ ਤੇ ਤੂੰ ਆਪਣੀ ਭੈਣ ਲਈ ਕੀ ਕੀਤਾ ਪਰ ਚਾਚਾ ਜੀ ਬਸ ਕੁੜੀਏ ਕਸਰ ਤੇ ਤੂੰ ਵੀ ਕੋਈ ਨਹੀਂ ਛੱਡੀ ਨੂੰਹਾਂ ਘਰਾਂ ਦੀਆਂ ਇੱਜ਼ਤਾਂ ਹੁੰਦੀਆਂ ਨੇ ਜਿੱਥੇ ਨੂੰਹਾਂ ਨਾਲ ਘਰ ਵਸਦੇ ਨੇ ਉੱਥੇ ਘਰ ਵੱਧਦੇ ਵੀ ਨੇ ਜਦੋਂ ਘਰ ਵਿੱਚ ਔਰਤ ਤਪਦੀ ਦੁਪਹਿਰ ਵਿੱਚ ਘਰ ਦਾ ਚੁੱਲ੍ਹਾ ਚੌਂਕਾ ਕਰਦੀ ਹੈ ਨਾ ਤੇ ਉਸਦੀ ਤਪੱਸਿਆ ਤੋਂ ਖੁਸ਼ ਹੋ ਕੇ ਪਰਮਾਤਮਾ ਉਹਨੂੰ ਬਰ ਬਖਸ਼ਦਾ ਹੈ ਬਰਕਤਾਂ ਦੇ ਜਦੋਂ ਔਰਤ ਘਰ ਦੇ ਵਿੱਚ ਭਾਂਡੇ ਮਾਂਜਦੀ ਹੈ ਨਾ ਤੇ ਪਰਿਵਾਰ ਤੇ ਆਈ ਹਰ ਬਲਾ ਨੂੰ ਧੋ ਕੇ ਨਾਲੀ ਚ ਰੋੜ ਦਿੰਦੀ ਹੈ ਜਦੋਂ ਔਰਤ ਵਿਹੜੇ ਦੇ ਵਿੱਚ ਝਾੜੂ ਮਾਰਦੀ ਹੈ ਨਾ ਤੇ ਆਪਣੇ ਪਰਿਵਾਰ ਦਾ ਹਰ ਦੁੱਖ ਦਲਿੱਦਰ ਕਲੇਸ਼ ਝਾੜੂ ਫੇਰ ਕੇ ਹੂੰਜ ਕੇ ਬਾਹਰ ਰੂੜੀ ਤੇ ਸੁੱਟ ਦਿੰਦੀ ਹੈ ਤੇ ਤੂੰ ਕੀ ਕੀਤਾ ਉਸ ਪਰਿਵਾਰ ਨੂੰ ਪਲ ਪਲ ਮਰਨ ਲਈ ਛੱਡ ਕੇ ਇੱਥੇ ਆ ਗਏ ਚਾਚਾ ਜੀ ਸਾਨੂੰ ਮਾਫ ਕਰ ਦਿਓ ਓਏ ਕਦ ਤੱਕ ਵੱਡੇ ਵੱਡੇ ਗੁਨਾਹ ਕਰਕੇ ਮਾਫੀਆ ਮੰਗਦੇ ਰਹੋਗੇ ਤੁਸੀਂ ਕਦੇ ਸੋਚਿਆ ਤੁਹਾਡੀ ਔਲਾਦ ਵੀ ਤੁਹਾਡੇ ਨਾਲ ਕੱਲ ਨੂੰ ਇਹ ਕੁਛ ਕਰ ਸਕਦੀ ਹੈ ਉਹ ਤੁਸੀਂ ਕਿਉਂ ਭੁੱਲ ਜਾਂਦੇ ਹੋ ਕਿ ਆਪਣਾ ਬੀਜਿਆ ਹਰ ਇਨਸਾਨ ਨੂੰ ਆਪ ਵੱਢਣਾ ਪੈਂਦਾ ਸੱਚਾ ਜੀ ਸਾਨੂੰ ਹੋਰ ਸ਼ਰਮਿੰਦੇ ਨਾ ਕਰੋ ਉਹ ਪੁੱਤਰਾ ਜੇ ਬਚਾ ਸਕਦਾ ਤੇ ਅੱਜ ਵੀ ਬਚਾ ਲੈ ਹਾਲੇ ਵਕਤ ਹੈ ਆਪਣੇ ਪਿਓ ਦੀ ਪੱਗ ਨੂੰ ਗਲੀਆਂ ਚਲਣ ਨੂੰ ਬਚਾ ਲੈ ਅਜੇ ਵਕਤ ਹੈ ਜੇ ਆਪਣੇ ਗੁਨਾਹ ਬਖਸ਼ਾ ਸਕਦਾ ਤੇ ਬਖਸ਼ਾ ਲੈ ਇੱਕ ਗੱਲ ਯਾਦ ਰੱਖਿਓ ਸਰਦਾਰੀਆਂ ਕੋਠੀਆਂ ਕਾਰਾਂ ਨਾਲ ਨਹੀਂ ਹੁੰਦੀਆਂ ਸਰਦਾਰੀਆਂ ਮਾਂ ਪਿਓ ਨਾਲ ਹੁੰਦੀਆਂ ਨੇ ਮਾਪਿਆਂ 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 ਨਾਲ ਹੁੰਦੀਆਂ ਨੇ
ਜਗੀਰਦਾਰਾ ਸਾਡੇ ਤੇ ਰਹਿਮ ਕਰ ਜਗੀਰਦਾਰਾ ਸਾਡੇ ਤੇ ਰਹਿਮ ਕਰ ਕਿਉਂ ਬਿਛਣਿਆ ਓਏ ਤੈਨੂੰ ਮੈਂ ਕਿਹਾ ਸੀ ਨਾ ਸਹੀ ਜੇ ਕਿਤੇ ਤਾਂ ਜਗੀਰਦਾਰ ਕਿਸੇ ਨੂੰ ਕੁਝ ਕਹਿੰਦਾ ਨਹੀਂ ਓਏ ਜਦੋਂ ਆਪਣੀ ਆਈ ਤੇ ਆ ਜਾਵੇ ਤਾਂ ਚੁੱਪ ਰਹਿੰਦਾ ਨਹੀਂ ਓਏ ਕਾਵਟਿਆ ਲੈ ਰਹੇ ਆ ਹੋਰ ਬਾਜੀ ਪਾ ਰਹੇ ਆ ਪਰ ਮੈਂ ਸਭ ਨਹੀਂ ਹੁਣ ਦਿਆਂਗਾ ਓਏ ਦੇਖਦਾ ਜਗੀਰਦਾਰ ਨੂੰ ਕੌਣ ਰੋਕਦਾ ਮੈਨੂੰ ਧੱਕੇ ਨਾਲ ਵੀ ਕਬਜ਼ਾ ਲੈਣਾ ਨਾ ਮੇਰੇ ਪੁੱਤਰਾ ਨਾ ਅੱਜ ਸਮੇਂ ਦੇ ਰੱਥ ਦੀ ਵਾਗ ਜਗੀਰਦਾਰ ਦੇ ਹੱਥ ਹੈ ਲੈਜਣ ਦੇ ਨੂੰ ਚੁੱਲ ਜਾਂਦਾ ਲੈਜਣ ਦੇ ਨੂੰ ਲੈਜਣ ਦੇ ਚੁੱਲ ਜਾਂਦਾ ਉਹ ਵੇਖੋ ਓਏ ਮੁੰਡਿਓ ਉਹ ਬਿਛਣਾ ਤੇ ਡਾਇਲੌਗ ਵੀ ਮਾਰਦਾ ਉਹ ਬਿਛਣਿਆ ਓਏ ਤੈਨੂੰ ਤਾਂ ਬੰਬੇ ਫਿਲਮ 'ਚ ਜਾਣਾ ਚਾਹੀਦਾ ਸੀ ਓਏ ਉਹ ਤੂੰ ਦਾੜੇ 'ਚ ਕੀ ਕਰਦਾ ਓਏ ਕੰਮ ਜੇ ਦੇਖਾਂ ਓਏ ਕਾਦਰ ਖਾਨ ਓਏ ਤੂੰ ਤਾਂ ਇਹਨਾਂ ਦੀ ਛੁੱਟੀ ਕਰਾ ਦਵੇ ਓਏ ਓਏ ਜ਼ਾਲਮਾ ਇੱਕ ਝੂਠ ਦੀਆਂ ਹੁੱਕਾਂ ਨੂੰ ਓਏ ਡਾਇਲੌਗ ਦੱਸਦਾ ਓਏ ਜਗੀਰਦਾਰਾ ਉਸ ਖੁਦਾ ਦੇ ਖੌਫ ਤੋਂ ਡਰ ਜੇ ਉਹ ਗੁੱਡੀਆਂ ਚੜਾਉਣਾ ਜਾਣਦਾ ਨਾ ਤੇ ਲਾਉਣਾ ਵੀ ਜਾਣਦਾ ਚੁੱਪ ਕਰ ਓਏ ਮੇਰਾ ਟਾਈਮ ਨਾ ਖਰਾਬ ਕਰੋ ਅਜੇ ਮੈਂ ਹੋਰ ਵੀ ਕਈ ਘਰ ਖਾਲੀ ਕਰਾਉਣੇ ਓਏ ਪਰ ਮੈਨੂੰ ਦੂਜਿਆਂ ਦਾ ਤਾਂ ਪਤਾ ਨਹੀਂ ਮੈਂ ਆਪਣੇ ਘਰ ਨੂੰ ਖਾਲੀ ਨਹੀਂ ਹੋਣ ਦਿਆਂਗਾ ਖਾਲੀ ਨਹੀਂ ਹੋਣ ਦਿਆਂਗਾ ਉਹ ਵੇਖੋ ਓਏ ਮੁੰਡਿਓ ਆ ਇੱਕ ਹੋਰ ਆ ਗਿਆ ਇਹ ਅੱਲਾ ਦੀਨ ਦਾ ਚਿਰਾਗ ਲਿਆਊਗਾ ਉਹਨੂੰ ਹੌਲੀ ਹੌਲੀ ਰਗੜੂਗਾ ਓਏ ਰਗੜੂਗਾ ਫਿਰ ਪਤਾ ਕੀ ਹੋਊਗਾ ਵਿੱਚੋਂ ਜਿੰਨ ਬਾਹਰ ਆਊਗਾ ਤੇ ਉਹ ਜਗੀਰਦਾਰ ਨੂੰ ਕਬਜ਼ਾ ਲੈਣ ਤੋਂ ਰੋਕੂਗਾ ਜਗੀਰਦਾਰਾ ਦੱਸ ਤੇਰੇ ਕਿੰਨੇ ਪੈਸੇ ਨੇ ਓਏ ਕਿੰਨੇ ਪੈਸੇ ਹੋਏ ਉਹ ਮੁੰਡੇ ਆਏ ਦੇ ਮਾਲਕੋ ਪੂਰੇ 7 ਲੱਖ ਨੇ ਓਏ ਤਾਂ ਮੂਲ ਹੋਇਆ ਵਿਆਜ ਓ ਜਗੀਰਦਾਰਾ ਤੇਰਾ ਵਿਆਜ ਕਿੰਨਾ ਆ ਓਏ ਪੂਰੇ 3 ਲੱਖ ਆਲਾ ਜਿੰਨਾ ਹੈਗਾ ਭਰ ਲਾ ਲੈ ਮੁੰਡਿਆ ਚਲੋ ਓਏ ਜਗੀਰਦਾਰਾ ਠਹਿਰ ਜਾ ਅਜੇ ਕੰਮ ਪੂਰਾ ਨਹੀਂ ਹੋਇਆ ਜਿਹੜੇ ਹੱਥਾਂ ਨਾਲ ਸਮਾਨ ਬਾਹਰ ਸੁੱਟਿਆ ਨਾ ਨਾ ਹੱਥਾਂ ਨਾਲ ਅੰਦਰ ਰਖਾ ਦੇ ਵਰਨਾ ਫਿਰ ਓਏ ਮੁੰਡਿਓ ਸਮਾਨ ਅੰਦਰ ਰੱਖ ਦੇ ਬਾਪੂ ਜੀ ਬੇਬੇ ਜੀ ਸਾਨੂੰ ਮਾਫ ਕਰ ਦਿਓ ਬਾਪੂ ਜੀ ਬੇਬੇ ਜੀ ਸਾਡੀ ਗਲਤੀ ਤਾਂ ਮਾਫ ਕਰਨ ਯੋਗ ਹੈ ਨਹੀਂ ਅਗਰ ਤੁਸੀਂ ਸਾਨੂੰ ਮਾਫ ਕਰ ਸਕਦੇ ਹੋ ਤਾਂ ਮਾਫ ਕਰ ਦਿਓ ਧੀਏ ਮਾਫੀਆਂ ਕਾਹਦੀਆਂ ਸਾਡੇ ਲਈ ਤਾਂ ਇੰਨਾ ਹੀ ਕਾਫੀ ਹੈ ਜੋ ਤੁਸੀਂ ਘਰ ਵਾਪਸ ਆ ਗਏ ਅੱਜ ਇੱਕ ਸਰਵਣ ਪੁੱਤਰ ਦੇ ਘਰ ਆ ਗਿਆ ਪਰ ਪਤਾ ਨਹੀਂ ਹੋਰ ਕਿੰਨੇ ਕੁ ਸਰਵਣ ਨੇ ਜਿਹੜੇ ਪੈਸੇ ਦੀ ਚਮਕ ਦਮਕ ਵੇਖ ਕੇ ਰਸਤਾ ਭਟਕ ਗਏ ਨੇ ਪਤਾ ਨਹੀਂ ਹੋਰ ਕਿੰਨੇ ਕੁ ਸਰਵਣ ਨੇ
ਝੜੇ ਬੁੱਢੇ ਮਾਪਿਆਂ ਦੀ ਲਾਠੀ ਬਣਨ ਦੀ ਥਾਂ ਉਹਨਾਂ ਨੂੰ ਬੇਸਹਾਰਾ ਛੱਡ ਕੇ ਤੁਰਦੇ ਬਣੇ ਨੇ। ਉਹ ਰੋਕ ਦਿਓ, ਉਹ ਰੋਕ ਦਿਓ ਮਾੜੀਆਂ ਸੋਚਾਂ ਨੂੰ, ਉਹ ਰੋਕ ਦਿਓ ਨਾ ਪੁੱਠੇ ਵਗਦੇ ਪਾਣੀਆਂ ਨੂੰ, ਉਹ ਰੋਕ ਦਿਓ ਸਾਜ਼ਿਸ਼ ਤੇ ਸਵਾਰਥ ਭਰੀਆਂ ਸੋਚਾਂ ਨੂੰ। ਕਿਤੇ ਇੰਜ ਨਾ ਹੋਵੇ ਕਿ ਮਾਂ ਪਿਓ ਆਪਣੇ ਬੱਚਿਆਂ ਦਾ ਨਾਂ ਸਰਵਰ ਰੱਖਣੇ ਬੰਦ ਕਰ ਦੇਣ। ਇਹ ਸੱਚੇ ਪਾਤਸ਼ਾਹ, ਇਹ ਮੇਰੇ ਮੌਲਾ, ਮੈਂ ਇਹੋ ਹੀ ਅਰਦਾਸ ਕਰਦਾ ਕਿ ਕੋਈ ਵੀ ਆਪਣਾ ਆਪਣੇ ਨੂੰ ਛੱਡ ਕੇ ਨਾ ਜਾਵੇ, ਕਿਸੇ ਦੇ ਵੀ ਆਪਣੇ ਪਰਾਏ ਨਾ ਹੋਣ, ਕਿਸੇ ਦੇ ਵੀ ਆਪਣੇ ਪਰਾਏ ਨਾ ਹੋਣ। ਚੱਲ ਰਹੀ ਬਸ ਗੱਲ ਕੋਈ ਵੀ ਹੋਵੇ ਮੈਨੂੰ ਵਿੱਚ ਘਲੀਸਣਾ ਘਲੀਸਣਾ। ਤੂੰ ਨੀ ਸਮਝੇਗੀ, ਮੈਨੂੰ ਅੱਜ ਵੀ ਯਾਦ ਹੈ ਜਦ ਮੈਂ ਬੀ ਏ ਗਰੀਬਾਂ ਲਈ ਦਿਲ ਜਜ਼ਬਾਤ ਸਧਰਾਂ ਆ ਸਾਰੀਆਂ ਸ਼ੌਂਕ ਦੀਆਂ ਗੱਲਾਂ ਨੇ। ਇੰਨੀ ਗੱਲ ਸੁਣ ਕੇ ਖੁਸ਼ ਬਹੁਤ ਹੋਇਆ ਤੇ ਕਹਿਣ ਲੱਗਾ ਬੇਬੇ ਨੂੰ ਆਖੀ ਕਿ ਮੈਨੂੰ ਮਾਫ਼ ਕਰ ਦੇਵੇ। ਰੋਲ ਇਲਜ਼ਾਮ ਨਹੀਂ ਇਹ ਹਕੀਕਤ ਹੈ। ਇਸ ਕਚਹਿਰੀ 'ਚ ਨਹੀਂ ਤਾਂ ਉੱਪਰ ਵਾਲੇ ਦੀ ਕਚਹਿਰੀ ਦੇ ਵਿੱਚ ਫੈਸਲਾ ਜ਼ਰੂਰ ਹੋ। ਦੁਬਾਰਾ ਬੋਲਦੇ ਆ ਛੁੱਟੀ ਕਰਾ ਦੇਵੇ ਓਏ। ਉਹ ਵੇਖੋ ਓਏ ਮੁੰਡਿਓ ਆ ਇੱਕ ਹੋਰ ਆ ਗਿਆ, ਇਹ ਅਲਾਦੀਨ ਦਾ ਚਿਰਾਗ ਲਿਆਊਗਾ, ਹੌਲੀ ਹੌਲੀ ਰਗੜੂਗਾ, ਫੇਰ ਪਤਾ ਕੀ ਹੋਊਗਾ, ਫੇਰ ਪਤਾ ਕੀ ਹੋਊਗਾ, ਫੇਰ ਪਤਾ ਕੀ ਹੋਊਗਾ, ਫੇਰ ਪਤਾ ਕੀ ਹੋਊਗਾ। ਆਲਾ ਜਿੰਨਾ ਹੈਗਾ ਭਰ ਲਾ, ਆਲਾ ਜਿੰਨਾ ਹੈਗਾ ਭਰ ਲਾ, ਆਲਾ ਜਿੰਨਾ ਹੈਗਾ ਭਰ ਲਾ। ਕੁੜੀਏ ਵੈਸੇ ਤਾਂ ਤੂੰ ਬਹੁਤ ਸਮਝਦਾਰ ਹੈ ਪਰ ਮੇਰੀ ਇੱਕ ਗੱਲ ਯਾਦ ਰੱਖੀ, ਤੇਰੇ ਜਿਹੀਆਂ ਨੌਹਾਂ ਨੇ ਜੋ ਨੌਹਾਂ ਤੇ ਤੀਆਂ ਦੇ ਵਿੱਚ ਫਰਕ ਮੈਂ ਅਹਿਸਾਸ ਕਰਦਾ। ਮੇਰਾ ਹੋਰ ਦਿਮਾਗ ਖਰਾਬ ਨਾ ਕਰੋ।